चल चिका। ਲਓ ਜੀ ਵੀਵਰ, ਚੈੱਕ ਕਰ ਲਓ ਜ਼ਰਾ ਅੰਗੂਰ ਕਿੰਨੇ ਲੱਗੇ ਹੋਏ। ਮਾਸ਼ਾਅੱਲਾ ਆਹ ਦੇਖੋ ਜੀ ਕਿੰਨੇ ਬਣੇ ਹੋਏ ਆ, ਸਾਰੇ ਅੰਗੂਰ ਆ ਜੀ, ਬੇਲ ਚੜੀ ਹੋਈ ਆ। ਵੀਵਰ ਅੱਜ ਅਸੀਂ ਆ ਗੰਨੇ ਵਾਲਾ ਕੰਮ ਕਰਦੇ ਪਏ, ਗੰਨੇ ਦੀ ਪੱਠ ਪੁੱਠ ਲੈ ਵਾਹਵਾ ਸਾਰੇ, ਕੁਛ ਮੋਟੇ ਆ ਤੇ ਕੁਛ। ਅਸਲਾਮੁ ਅਲੈਕੁਮ, ਕਿਆ ਹਾਲ ਹੈ ਵੀਵਰ, ਮੈਂ ਰਿਜ਼ਵਾਨ ਤੇ ਆਪ ਲੋਕ ਦੇਖ ਰਹੇ ਹਾਂ ਮੇਰਾ ਯੂਟਿਊਬ ਚੈਨਲ ਪੇਂਡੂ ਮੁੰਡਾ 67। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਵਲੋਗ ਆਪਾਂ ਕਰਦੇ ਪਏ ਸ਼ੁਰੂ। ਤੇ ਅੱਜ ਅਸੀਂ ਆਏ ਹਾਂ ਜੀ ਆਪਣੇ ਖੇਤਾਂ ਦੇ ਵਿੱਚ, ਇੱਥੋਂ ਵਲੋਗ ਸਟਾਰਟ ਕਰਦੇ ਪਏ ਹਾਂ ਤੇ ਲੱਗੇ ਰਹੋ ਜੀ, ਫਿਰ ਜੋ ਵੀ ਹੋਇਆ ਤੁਹਾਨੂੰ ਦਿਖਾਵਾਂਗੇ। ਤੇ ਠੀਕ ਹੈ ਜੀ ਵੀਵਰ, ਫਿਰ ਥੋੜ੍ਹਾ ਜਿਹਾ ਵਿਊ ਚੈੱਕ ਕਰ ਲਓ ਅੱਜ ਦਾ। ਅਤੇ ਮਾਸ਼ਾਅੱਲਾ ਬਾਦਲ ਆਏ ਹੋਏ ਨੇ, ਹਲਕੀ ਹਲਕੀ ਬਾਰਿਸ਼ ਵੀ ਹੋ ਰਹੀ ਸੀ, ਅਤੇ ਦਿਖਾਉਂਦੇ ਹਾਂ ਜੀ ਫਿਰ ਅੱਗੇ ਜੋ ਵੀ ਹੋਇਆ। ਇਧਰ ਮਣ 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 ਲਾਇਕ ਤਸਵੀਰ ਦੇ ਜਵਾਨਾ ਹੋ ਰਿਹਾ ਆਹ ਗੱਲ ਥੋੜਾ। ਮਾਸ਼ਾਅੱਲਾ ਜੀ ਆਜ ਮੌਸਮ ਬੜਾ ਖੂਬਸੂਰਤ ਔਰ ਸੁਹਾਨਾ ਬਣਾ ਹੋਇਆ ਹੈ, ਬਾਦਲ ਆਏ ਹੋਏ ਆਪ ਦੇਖ ਸਕਤੇ ਹੈ, ਤੋ ਜੇ ਹਲਕੀ ਫੁਲਕੀ ਬਾਰਿਸ਼ ਵੀ ਹੋ ਗਈ ਆ। ਚੈੱਕ ਕਰ ਲਿਆ ਆਪ ਸੜਕ ਗਿੱਲੀ ਹੈ, ਤੋ ਜੀ ਮਾਸ਼ਾਅੱਲਾ ਵਿਊ ਜ਼ਰਾ ਚੈੱਕ ਕਰੇ, ਥੋੜ੍ਹਾ ਸਾ ਆਪਕੋ ਦਿਖਾ ਦੇਤੇ ਹੈ ਜੀ ਉੱਪਰ ਵੀ। ਫੁੱਲ ਵੱਡਾ ਫੁੱਲ ਤੁਸੀਂ ਦੇਖ ਸਕਦੇ ਹੋ, ਆਹ ਦੇਖੋ ਜੀ ਕੁਛ ਮਾਸ਼ਾਅੱਲਾ ਕਿੰਨਾ ਅੰਗੂਰ ਲੱਗਾ ਹੋਇਆ ਜੀ, ਚੈੱਕ ਕਰ ਸਕਦੇ ਹੋ ਜ਼ਰਾ। ਕਵੇ ਚੈੱਕ ਕਰ ਲਏ ਜ਼ਰਾ, ਬੈਠੇ ਹੋਏ ਕਿਤਨੇ ਸਕੂਨ ਕੇ ਸਾਥ ਮਜ਼ੇ ਕੇ ਸਾਥ ਇੰਜੋਏ ਕਰ ਰਹੇ ਹੈ, ਹਲਕੀ ਹਲਕੀ ਬਾਰਿਸ਼ ਆ ਰਹੀ ਹੈ ਔਰ ਸਾਥ ਮੈਂ ਬੈਠ ਕੇ ਮਜ਼ੇ ਕਰ ਰਹੇ ਹੈ। ਲਓ ਜੀ ਵੀਵਰ, ਦੋ ਗੁੜੀਆ ਛੋਟੀ ਛੋਟੀ ਮਿੱਟੀ ਦੇ ਬੱਠਲ ਭਰ ਕੇ ਲੈ ਕੇ ਜਾ ਰਹੀਆਂ, ਅਤੇ ਮੈਂ ਵੀਡੀਓ ਚੋਰੀ ਇਸ ਤੋਂ ਬਣਾ ਰਿਹਾ ਕਿ ਉਹਨਾਂ ਨੇ ਮੇਰੇ ਨਾਲ ਲੜਨ ਲੱਗ ਪੈਣਾ। ਹੈਲੋ ਗਾਈਜ, ਕਿਆ ਹਾਲ ਹੈ, ਠੀਕ ਹੋ? ਲਾ ਲਾ ਲਾ
ਹੈਲੋ ਚੱਲ ਚੁੱਕਾ ਲਓ ਜੀ ਵੀਵਰ, ਮੈਂ ਚਾਹ ਦੀ ਬੋਤਲ ਲੈ ਕੇ ਮਰਬੇ ਆ ਗਿਆ ਜੀ। ਥੋੜ੍ਹਾ ਜਿਹਾ ਅਸੀਂ ਕੰਮ ਕਰਨਾ ਅਤੇ ਮੈਂ ਕਿਹਾ ਚਲੋ ਚਾਹ ਲੈ ਚੱਲਦੇ, ਨਾਲੇ ਜੌਨ ਪੀ ਲੈਣਗੇ ਅਤੇ ਨਾਲੇ ਕੰਮ ਸ਼ੰਮ ਹੋ ਜਾਊਗਾ। ਉਹ ਸਾਹਮਣੇ ਜਾਣਾ ਜੀ, ਉੱਥੇ ਪੱਟਣੇ ਜੀ ਆਪਾਂ ਪਿਆਜ਼, ਅਤੇ ਨਾਲੇ ਪਿਆਜ਼ ਪੱਟਦੇ ਹਾਂ ਜੀ, ਕੰਮ ਸ਼ੰਮ ਨਿਬੇੜਦੇ ਹਾਂ ਅਤੇ ਲੱਗੇ ਰਹਿਣਾ ਜੀ। ਜੋ ਵੀ ਹੋਇਆ ਫਿਰ ਦਿਖਾਵਾਂਗੇ ਜੀ ਤੁਹਾਨੂੰ। ਅਤੇ ਚਲੋ ਠੀਕ ਹੈ ਜੀ ਵੀਵਰ, ਫਿਰ ਲਓ ਜੀ ਵੀਵਰ, ਆਹ ਸੀ ਆਪਾਂ ਚਾਰਾ ਕਾਸ਼ ਕੀਤਾ, ਮਾਸ਼ਾਅੱਲਾ ਕਿੱਡਾ ਕਿੱਡਾ ਹੋ ਗਿਆ ਇਹਨੇ। ਹੁਣ ਜੀ ਆਪਾਂ ਖਾਦ ਸ਼ਾਦ ਸੁੱਟ ਕੇ ਅਤੇ ਪਾਣੀ ਸ਼ਾਣੀ ਲਾਵਾਂਗੇ ਅਤੇ ਆਹ ਪਹੁੰਚ ਗਏ ਜੀ ਆਪਾਂ ਆਪਣੀ ਜ਼ਮੀਨ ਦੇ ਵਿੱਚ, ਖੇਤਾਂ ਦੇ ਵਿੱਚ। ਅੰਬ ਸ਼ੰਬ ਚੈੱਕ ਕਰੋ ਜੀ, ਅਤੇ ਚਲੋ ਜੀ ਫਿਰ ਅੱਗੇ ਵੀ ਦਿਖਾਉਂਦੇ ਹਾਂ ਜੀ। ਲਓ ਜੀ ਵੀਵਰ, ਆਹ ਆ ਜੀ ਜਿਹੜੇ ਪਿਆਜ਼ ਪੱਟੇ ਆ, ਅਤੇ ਇਸ ਦਫ਼ਾ ਐਡੇ ਮੋਟੇ ਮੋਟੇ ਕੋਈ ਨਹੀਂ, ਬਸ ਨਾਰਮਲ ਜਿਹੇ ਹੈਗੇ ਆ। ਇਸ ਦਫ਼ਾ ਕੰਮ ਥੋੜ੍ਹਾ ਜਿਹਾ ਖਰਾਬ ਹੋਇਆ, ਜ਼ਮੀਨ ਠੀਕ ਨਹੀਂ ਸੀਗੀ, ਬੱਤਰ ਬਹੁਤ ਜ਼ਿਆਦਾ ਸੀ, ਮਤਲਬ ਗਿਲਹੋਰਾ ਬਹੁਤ ਸੀਗਾ ਸੇਮਾਂ, ਅਤੇ ਬਾਰਿਸ਼ਾਂ ਬਹੁਤ ਜ਼ਿਆਦਾ ਹੋਈਆਂ ਸੀ, ਉਹਦੀ ਵਜ੍ਹਾ ਤੋਂ ਪੂਰੇ ਬਣੇ ਨਹੀਂ। ਚਲੋ ਜੀ ਇਸ ਤਰ੍ਹਾਂ ਦੇ ਹੈਗੇ, ਸ਼ੁਕਰ ਅਲਹਮਦੁਲਿਲਾ, ਗੁਜ਼ਾਰਾ ਤਾਂ ਕਰਨਾ ਹੀ ਆ, ਫਿਰ ਖੁਸ਼ ਆ ਰਹਿੰਦੇ ਜੀ ਪੱਟਣ ਵਾਲੇ ਹਜੇ। ਅਤੇ ਬਾਕੀ ਫਿਰ ਜੋ ਵੀ ਹੋਇਆ ਜੀ ਦੇਖੀ ਜਾਇਓ ਫਿਰ ਨਾਲ ਨਾਲ ਬੈਠ ਕੇ ਜੀ। ਫਿਰ ਅੱਜ ਅਸੀਂ ਆ ਗੰਨੇ ਵਾਲਾ ਕੰਮ ਕਰਦੇ ਪਏ, ਗੰਨੇ ਦੀ ਪੱਟ ਪੁੱਟ ਲਏ ਵਾਹਵਾ ਸਾਰੇ, ਕੁਛ ਮੋਟੇ ਆ ਅਤੇ ਕੁਛ ਛੋਟੇ ਆ। ਇਹ ਹੁਣ ਇਹਨਾਂ ਨੇ ਛੱਡ ਕੇ ਕੱਟੀ ਜਾਂਦੇ ਤਾਂ ਕਿ ਖਰਾਬ ਨਾ ਹੋਣ, ਅਤੇ ਫਿਰ ਦੋ ਤਿੰਨ ਮਹੀਨੇ ਕੱਢ ਜਾਂਦੇ ਸਕੂਨ ਨਾਲ। ਇਹ ਆ ਜੀ ਪਿੰਡਾਂ ਦੇ ਵਿੱਚ ਆਪਣਾ ਰਾਸ਼ਨ ਪਾਣੀ ਬਣਾਉਣਾ ਹੁੰਦਾ ਜੀ ਆਪਾਂ, ਅਤੇ ਫਿਰ ਇੱਦਾਂ ਹੀ ਕੰਮ ਚੱਲਦੇ, ਤੁਹਾਨੂੰ ਪਤਾ ਤਾਂ ਹੈਗਾ ਜੀ। ਲਓ ਜੀ ਜਵਾਨ ਨੇ ਪੀਣੀ ਹੈ ਚਾਹ, ਅਤੇ ਬੋਤਲ ਵੀ ਹੱਥ ਜੀ ਫੜ ਕੇ ਬੈਠਾ, ਕਹਿੰਦਾ ਮੈਂ ਛੱਡਣੀ ਨਹੀਂ ਹੈਗੀ, ਮੈਂ ਚਾਹ ਪੀ ਕੇ ਜਾਨ ਛੱਡਣੀ ਹੈ ਅੱਜ ਦੀ, ਅਤੇ ਕੰਮ ਚੈੱਕ ਕਰੋ ਜਵਾਨ ਦੇ। ਵੀਵਰ ਪਿਆਜ਼ ਦੀ ਕਟਾਈ ਹੋ ਰਹੀ ਆ, ਤਾਂ ਦੇਖ ਸਕਦੇ ਹੋ ਤੁਸੀਂ ਆਹ ਪੱਟ ਕੇ ਕਾਫੀ ਸਾਰੇ ਸਿੱਟੇ ਹੋਏ ਆ ਜੀ। ਉਹ ਪਿਛਲੀ ਸਾਈਡ 'ਤੇ ਢੇਰੀ ਨਜ਼ਰ ਆ ਰਹੀ ਆ ਜੀ, ਉਹ ਕੱਟ ਦਿੱਤੇ ਆ, ਅਤੇ ਆਹ ਕੱਟੀ ਜਾ ਰਿਹਾ ਜਵਾਨ ਬੈਠ ਕੇ, ਤੁਸੀਂ ਦੇਖ ਸਕਦੇ ਹੋ। ਅਤੇ ਇਹਨਾਂ ਦੀ ਕਟਾਈ ਇਸ ਤਰ੍ਹਾਂ ਕੀਤੀ ਜਾਂਦੀ ਆ, ਉਹ ਸਿੱਟੀ ਜਾ ਰਿਹਾ ਜੀ ਕੱਟ ਕੱਟ ਕੇ, ਚੈੱਕ ਕਰ ਲਓ ਜ਼ਰਾ, ਕੁਛ ਉਹ ਪਏ ਨੇ ਜੀ। ਅਤੇ ਬਾਕੀ ਜਿੱਦਾਂ ਜਿਸ ਤਰ੍ਹਾਂ ਕੱਟੀ ਗਏ, ਤਾਂ ਫਿਰ ਤੁਹਾਨੂੰ ਦਿਖਾਵਾਂਗੇ ਕਿੰਨੇ ਕੁ ਹੁੰਦੇ ਆ ਜੀ, ਗੱਟੂ ਦੇ ਵਿੱਚ ਪਾਵਾਂਗੇ ਜੀ। ਅਤੇ ਲੱਗੇ ਰਹੋ ਜੀ ਫਿਰ ਵਲੋਗ ਸ਼ਲੋਗ ਦੇਖਦੇ ਰਹੋ ਜੀ ਪੂਰਾ ਇਹ। ਲਓ ਜੀ ਥੋੜ੍ਹਾ ਜਿਹਾ ਵਿਊ ਤੁਹਾਨੂੰ ਇਸ ਤਰ੍ਹਾਂ ਦਿਖਾ ਦਿੰਦੇ ਹਾਂ ਆਪਾਂ, ਥੋੜ੍ਹਾ ਜਿਹਾ ਤੁਹਾਨੂੰ ਨਜ਼ਦੀਕ ਕਰਕੇ ਮਾਮੀ। ਆਏ ਗੰਢੇ ਅਸੀਂ ਕੱਟ ਕੁੱਟ ਕੇ ਰੱਖੇ, ਚੈੱਕ ਕਰ ਲਓ ਢੇਰੀਆਂ ਲੱਗੀਆਂ ਹੋਈਆਂ, ਅਤੇ ਕੁਛ ਆਇਆ ਜੀ ਗੰਢੇ ਬੜੇ ਤਕੜੇ ਆ ਜੀ। ਲਓ ਜੀ ਵੀਵਰ ਵਿੱਚ ਵਿੱਚ ਤੇ ਗੰਢੇ ਯਾਰ ਮੋਟੇ ਮੋਟੇ ਆ ਰਹੇ, ਅਤੇ ਵਿੱਚ ਛੋਟੇ ਛੋਟੇ ਵੀ ਆ ਰਹੇ, ਮਿਕਸ ਕਰੀ ਜਾਂਦੇ ਜਿੱਦਾਂ ਵੀ ਕਰਨਾ ਹੀ ਆ। ਲਓ ਜੀ ਹਾਂਜੀ ਜਰਾ ਚੈੱਕ ਕਰ ਥੋੜ੍ਹੀ ਧਾਣ ਵਾਲਾ ਧਾਣ। ਵਧੀਆ ਨਿਕਲਿਆ, ਮੈਂ ਜਰਾ ਪਿੱਛੇ ਨੂੰ ਨਿਕਲ ਮਾਰੀ ਨਾ ਇੱਕ ਵਾਰੀ ਯਾਰ, ਉਹ ਤਾਂ ਮਾਰ ਚੈੱਕ ਕਰਾ ਇੱਕ ਵਾਰੀ ਕਿੰਨੇ ਕਿੰਨੇ ਲਾਇਆ। ਸਾਰੇ ਚੈੱਕ ਕਰ ਲਓ ਜਿੰਨੇ ਪੁੱਠੇ ਪਾਏ ਆ, ਉਹ ਤਿੱਕਰ ਦੇਖ ਲਓ, ਕੁਛ ਵੱਢ ਕੇ ਟੋਕ ਕੇ ਰੱਖ ਦਿੱਤੇ ਆ ਜੀ। ਚਲੋ ਜੀ ਓਕੇ ਆ ਜੀ,
ਵੀਵਰ ਦੇ ਚੈੱਕ ਕਰ ਲੈਂਦੇ ਜੇ ਇੱਕ ਗੱਟੂ ਗੰਡੋ ਕਾ ਭਰ ਕਰ ਲੈ ਕਰ ਜਾ ਰਿਹਾ ਹੈ ਜਵਾਨ, ਤੋ ਥੋੜ੍ਹਾ ਸਾ ਆਪਕੋ ਜ਼ੂਮ ਹੀ ਇੱਟ ਵੀ ਦਿਖਾ ਦਿੱਤੇ ਹਾਂ। ਵਾਹ ਲਓ ਜੀ ਇਹਨੂੰ ਘਰ ਸੁੱਟਣ ਜਾ ਰਿਹਾ ਅਤੇ ਬਾਕੀ ਅਸੀਂ ਹਜੇ ਕਟਾਈ ਕਰਨੀ ਆ ਅਤੇ ਫਿਰ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਜੀ। ਲਓ ਜੀ ਵੀਵਰ ਕੱਟ ਕੁੱਟ ਕੇ ਅਤੇ ਫਿਰ ਇਹਨਾਂ ਨੂੰ ਹੁਣ ਗੱਟੂ ਦੇ ਵਿੱਚ ਪਾਉਂਦੇ ਪਏ ਹਾਂ ਜੀ। ਆਹ ਢੇਰੀਆਂ ਹੈਗੀਆਂ ਕੋ ਇੱਕ ਉਹ ਢੇਰੀ ਹੈ ਜੀ, ਇੱਕ ਆਹ ਹੈਗੀ ਹੈ ਜੀ, ਇੱਕ ਆਹ ਹੈਗੀ ਆ ਅਤੇ ਕੁਛ ਉੱਧਰ ਪਈਆਂ ਦੋ ਢੇਰੀਆਂ ਕੱਟੀਆਂ ਹੋਈਆਂ ਅਤੇ ਉਹ ਜੀ ਗੈਸ ਗੱਟੂ ਦੇ ਵਿੱਚ ਪਾਉਂਦੇ ਹਾਂ। ਜਿਹੜੇ ਵੀ ਹੋ ਗਏ ਮਾਸ਼ਾਅੱਲਾ ਬਥੇਰੇ ਆ ਜੀ, ਕੁਛ ਆ ਕੱਟਣ ਵਾਲੇ ਰਹਿੰਦੇ ਪੱਟ ਕੇ ਰੱਖੇ ਹੋਏ ਆ ਅਤੇ ਇਹ ਵੀ ਕੱਟਾਂਗੇ ਜੀ ਫਿਰ। ਠੀਕ ਹੈ ਜੀ ਫਿਰ ਲਓ ਜੀ ਵੀਵਰ ਦਾ ਜਿਹੜੇ ਸੀਗੇ ਗੰਡੇ ਖੰਡੇ ਪੱਟ ਕੇ ਅਸੀਂ ਦੋ ਗੱਟੂ ਭਰ ਲਏ ਆ ਜੀ, ਇੱਕ ਪਹਿਲੇ ਲੈ ਗਿਆ ਦੋ ਆ ਹੋਊਗਾ ਅਤੇ ਥੋੜ੍ਹੇ ਰਹਿੰਦੇ ਉਹ ਕੱਲ੍ਹ ਪੱਟਾਂਗੇ ਜੀ। ਚਲੋ ਜੀ ਫਿਰ ਅੱਜ ਦਾ ਜਿਹੜਾ ਸੀਗਾ ਜੋ ਕੰਮ ਸੀਗਾ ਅਸੀਂ ਤੁਹਾਨੂੰ ਦਿਖਾ ਦਿੱਤਾ ਅਤੇ ਮਿਲਦੇ ਹਾਂ ਆਪਾਂ ਇਨਸ਼ਾਅੱਲਾ ਨਵੇਂ ਬਲੌਗ ਦੇ ਵਿੱਚ। ਲਓ ਜੀ ਗੰਡੇ ਜਾ ਰਹੇ ਆ ਘਰ, ਮੋਟਰਸਾਈਕਲ 'ਤੇ ਰੱਖ ਦਿੱਤੇ ਦੋਨੇ ਬੋਰੇ ਅਤੇ ਟਣਾ ਟਣ ਲੈ ਕੇ ਘਰ ਜਾ ਰਿਹਾ ਜਵਾਨ ਅਤੇ ਅਸੀਂ ਵੀ ਹੁਣ ਚੱਲਦੇ ਹਾਂ ਜੀ। ਲੱਗੇ ਰਹੋ, ਤੁਹਾਨੂੰ ਦਿਖਾਵਾਂਗੇ ਫਿਰ ਜੋ ਵੀ ਹੋਇਆ ਅਤੇ ਇਸ ਬਲੌਗ ਦਾ ਐਂਡ ਕਰਦੇ ਹਾਂ। ਫਿਰ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਖੜਕਾ ਲਿਓ ਅਤੇ ਮਿਲਦੇ ਫਿਰ ਅਗਲੇ ਬਲੌਗ ਦੇ ਵਿੱਚ। ਅੱਲਾ ਹਾਫਿਜ਼, ਬਾਏ ਬਾਏ, ਟਾਟਾ। ਚਲੋ ਜੀ।